ਦੋਸਤੋ, ਇਹ ਨਾ ਇੱਕ ਚਿੱਠੀ ਆ ਜਿਹੜੀ ਰਿਟਾਇਰਡ ਪੁਲਿਸ ਵਾਲੇ ਨੇ ਆਪਣੇ ਪੁੱਤਰ ਦੇ ਨਾਮ ਲਿਖੀ, ਆਪਣੇ ਪੁੱਤਰ ਨੂੰ ਲਿਖੀ ਸੀ ਕਿ ਉਹਨੇ ਆਪਣੀ ਡਿਊਟੀ ਦੌਰਾਨ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਨੇ ਉਹਦਾ ਜੀਣਾ ਦੁੱਭਰ ਕਰਤਾ। ਧਿਆਨ ਨਾਲ ਸੁਣਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ। ਹੋ ਸਕਦਾ ਕਿਸੇ ਮੌਜੂਦਾ ਡਿਊਟੀ ਦੌਰਾਨ ਕਿਸੇ ਪੁਲਿਸ ਵਾਲੇ ਨੂੰ ਜਿਹੜਾ ਰਿਸ਼ਵਤ ਲੈਂਦਾ ਹੋਵੇ ਉਹ ਪੜ੍ਹ ਲਵੇ ਅਤੇ ਅਕਲ ਆ ਜਾਵੇ। ਧਿਆਨ ਨਾਲ ਸੁਣਿਓ ਦੋਸਤੋ। ਪਿਆਰੇ ਪੁੱਤਰ, ਮੈਨੂੰ ਇਹ ਨਹੀਂ ਪਤਾ ਕਿ ਇਹ ਕਿਵੇਂ ਕਹਿਣਾ ਹੈ, ਪਰ ਮੇਰੇ ਲਈ ਇਹ ਕਹਿਣਾ ਮਹੱਤਵਪੂਰਨ ਹੈ। ਮੇਰੀ 35 ਸਾਲਾਂ ਦੀ ਸੇਵਾ ਵਿੱਚ ਮੈਂ ਬੇਅੰਤ ਮਾਮਲਿਆਂ ਨਾਲ ਨਜਿੱਠਿਆ। ਮੈਨੂੰ ਅਹਿਸਾਸ ਹੋਇਆ ਕਿ ਜਿਸ ਤਰੀਕੇ ਨਾਲ ਮੈਂ ਆਪਣਾ ਕੰਮ ਕੀਤਾ ਹੈ ਉਹ ਸਹੀ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਮੈਂ ਵਾਪਸ ਜਾਵਾਂ ਅਤੇ ਜੋ ਗਲਤੀਆਂ ਕੀਤੀਆਂ ਹਨ ਉਹਨਾਂ ਨੂੰ ਠੀਕ ਕਰ ਸਕਾਂ। ਮੈਨੂੰ ਸਾਰੀਆਂ ਗਲਤੀਆਂ ਯਾਦ ਨਹੀਂ ਹਨ, ਪਰ ਕੁਝ ਅਜਿਹੀਆਂ ਹਨ ਜੋ ਮੈਨੂੰ ਰਾਤ ਨੂੰ ਸੌਣ ਨਹੀਂ ਦਿੰਦੀਆਂ, ਅਤੇ ਉਹ ਮਾਸੂਮ ਆਦਮੀਆਂ ਅਤੇ ਔਰਤਾਂ ਦੇ ਚਿਹਰੇ ਮੇਰੇ ਸੁਪਨਿਆਂ ਵਿੱਚ ਆਉਂਦੇ ਹਨ, ਅਤੇ ਉਹ ਮੈਨੂੰ ਹਰ ਰੋਜ਼ ਸਵਾਲ ਕਰਦੇ ਹਨ ਕਿ ਮੈਂ ਉਹਨਾਂ ਨਾਲ ਗਲਤ ਕਿਉਂ ਕੀਤਾ। ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਰਿਸ਼ਵਤ ਲਈ ਹੈ ਕਿ ਮੈਂ ਅੰਕੜੇ ਵੀ ਨਹੀਂ ਗਿਣ ਸਕਦਾ। ਹੁਣ ਮੈਨੂੰ ਅਹਿਸਾਸ ਹੁੰਦਾ ਹੈ ਕਿ ਰਿਸ਼ਵਤ ਲਏ ਬਿਨਾਂ ਵੀ ਮੇਰੀ ਜ਼ਿੰਦਗੀ ਹੁਣ ਨਾਲੋਂ ਬਿਹਤਰ ਹੁੰਦੀ। ਪਤਾ ਨਹੀਂ ਕਿੱਥੋਂ ਮੇਰੇ ਮਨ ਵਿੱਚ ਇਹ ਚੇਤਨਾ ਜਾਗ ਪਈ ਕਿ ਮੈਨੂੰ ਇਹ ਗੱਲ ਬੁਰੀ ਲੱਗਣ ਲੱਗ ਪਈ ਹੈ। ਮੇਰੇ ਕੋਲ ਇਮਾਨਦਾਰ ਦੋਸਤ ਵੀ ਨਹੀਂ ਹਨ ਜਿਨ੍ਹਾਂ ਨਾਲ ਮੈਂ ਇਹ ਚੀਜ਼ਾਂ ਸਾਂਝੀਆਂ ਕਰ ਸਕਾਂ। ਮੈਂ ਬੇਕਸੂਰ ਗਰੀਬ ਲੋਕਾਂ ਤੋਂ ਉਹਨਾਂ ਨੂੰ ਬਖਸ਼ਣ ਲਈ ਰਿਸ਼ਵਤ ਲਈ ਹੈ। ਮੈਂ FIR ਦੀ ਜਾਂਚ ਕਰਨ ਲਈ ਰਿਸ਼ਵਤ ਲਈ ਹੈ। ਇਹ ਸਾਰੇ ਕੰਮ ਮੈਂ ਉਹਨਾਂ ਤੋਂ ਰਿਸ਼ਵਤ ਲਏ ਬਿਨਾਂ ਵੀ ਕਰ ਸਕਦਾ ਸੀ। ਮੈਂ ਨਿਰਦੋਸ਼ ਲੋਕਾਂ ਤੋਂ ਜਾਲੀ FIR ਦਰਜ ਕਰਵਾਏ ਹਨ ਕਿਉਂਕਿ ਮੈਨੂੰ ਕਿਸੇ ਬੇਰਹਿਮ ਸਿਆਸਤਦਾਨ ਦੁਆਰਾ ਦੱਸਿਆ ਗਿਆ ਸੀ ਮੈਂ ਸਿਆਸਤਦਾਨ ਨੂੰ ਆਸਾਨੀ ਨਾਲ ਇਨਕਾਰ ਵੀ ਕਰ ਸਕਦਾ ਸੀ। ਮੈਂ ਝੂਠੀ FIR ਦਰਜ ਨਹੀਂ ਕਰਾਂਗਾ। ਮੈਂ ਤੁਹਾਡੇ ਲਈ ਸਾਰੇ ਗਲਤ ਸਾਧਨਾਂ ਤੋਂ ਪੈਸੇ ਇਕੱਠੇ ਕਰਨ ਵਿੱਚ ਰੁੱਝਿਆ ਹੋਇਆ ਸੀ। ਮੈਂ ਸੋਚਿਆ ਸੀ ਕਿ ਮੈਂ ਤੁਹਾਨੂੰ ਕਰੋੜਾਂ ਰੁਪਏ ਦੀ ਜਾਇਦਾਦ ਦੇਵਾਂਗਾ ਅਤੇ ਤੁਸੀਂ ਇੱਕ ਆਰਾਮਦਾਇਕ ਜੀਵਨ ਬਤੀਤ ਕਰੋਗੇ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਸਾਰੇ ਪਾਪ ਮੇਰੇ ਮਨ ਦੀ ਸ਼ਾਂਤੀ ਨੂੰ ਤਬਾਹ ਕਰ ਦੇਣਗੇ। ਮੇਰੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਤੁਸੀਂ ਨਸ਼ਿਆਂ ਵਿੱਚ ਗ੍ਰਸਤ ਹੋ ਗਏ ਹੋ। ਮੈਂ ਨਸ਼ਾ ਤਸਕਰਾਂ ਤੋਂ ਪੈਸਾ ਕਮਾਇਆ ਜਿਨ੍ਹਾਂ ਨੇ ਨਸ਼ੇ ਦੀ ਸਪਲਾਈ ਕੀਤੀ ਅਤੇ ਬੇਕਸੂਰ ਲੋਕਾਂ ਦੇ ਪਰਿਵਾਰ ਤਬਾਹ ਕਰ ਦਿੱਤੇ। ਅੱਜ ਮੈਂ ਉਸ ਮਾਂ ਜਾਂ ਪਿਤਾ ਦਾ ਦਰਦ ਮਹਿਸੂਸ ਕਰਦਾ ਹਾਂ ਜਿਸ ਨੇ ਆਪਣੇ ਬੱਚੇ ਨੂੰ ਨਸ਼ਿਆਂ ਨਾਲ ਗਵਾਇਆ ਹੋਵੇਗਾ। ਅੱਜ ਮੈਂ ਇੰਨਾ ਗਰੀਬ ਮਹਿਸੂਸ ਕਰ ਰਿਹਾ ਹਾਂ ਕਿ ਮੇਰੇ ਦਰਦ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਵੀ ਨਹੀਂ ਹਨ। ਕਾਸ਼ ਮੈਂ ਤੁਹਾਨੂੰ ਮਿਲ ਕੇ ਇਹ ਸਭ ਕਹਿ ਸਕਦਾ, ਪਰ ਰੱਬ ਦੀਆਂ ਆਪਣੀਆਂ ਯੋਜਨਾਵਾਂ ਸਨ। ਮੈਂ ਤੁਹਾਨੂੰ ਨਸ਼ੇ ਨਾਲ ਗਵਾ ਦਿੱਤਾ ਹੈ। ਜੋ ਮੈਂ ਪੰਜਾਬ ਵਿੱਚ ਰੋਕ ਸਕਦਾ ਸੀ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਅੰਤ ਵਿੱਚ ਪੱਤਰ ਖਤਮ ਹੁੰਦਾ ਹੈ, ਅਫਸਰ ਕੋਲ ਕੋਈ ਪਤਾ ਨਹੀਂ ਹੈ ਜਿੱਥੇ ਉਹ ਇਹ ਚਿੱਠੀ
ਆਪਣੇ ਬੇਟੇ ਨੂੰ ਪੋਸਟ ਕਰ ਸਕੇ, ਕਿਉਂਕਿ ਉਹ ਇੱਕ ਮਹੀਨਾ ਪਹਿਲਾਂ ਆਪਣੇ ਪੁੱਤਰ ਨੂੰ ਨਸ਼ਿਆਂ ਕਾਰਨ ਗਵਾ ਬੈਠਾ ਹੈ। ਹਰ ਅਧਿਕਾਰੀ ਜੋ ਇਸ ਲੇਖ ਨੂੰ ਪੜ੍ਹਦਾ ਹੈ, ਕਿਰਪਾ ਕਰਕੇ ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰੋ, ਕਿਉਂਕਿ ਸਾਡਾ ਆਪਣਾ ਬੱਚਾ ਇਸ ਨਸ਼ੇ ਦਾ ਸ਼ਿਕਾਰ ਹੋ ਸਕਦਾ ਹੈ। ਸਿਆਣੇ ਬਣੋ। ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਪੁਲਿਸ ਅਫਸਰ ਅਤੇ ਮੁਲਾਜ਼ਮੋ, ਆਪਾਂ ਇਸ ਸੰਸਾਰ ਪਰ ਥੋੜ੍ਹੇ ਸਮੇਂ ਲਈ ਆਏ ਹਾਂ। ਨੇਕ ਕੰਮ ਕਰੋ, ਨੇਕ ਕੰਮ ਕਰਕੇ ਜਾਓ ਜੀ, ਕਿਉਂਕਿ ਵਾਹਿਗੁਰੂ ਜੀ ਨੇ ਤੁਹਾਨੂੰ ਵਰਦੀ ਦੇ ਰੂਪ ਵਿੱਚ ਤਾਕਤ ਬਖਸ਼ੀ ਹੈ। ਤੁਸੀਂ ਇਸ ਤਾਕਤ ਦਾ ਦੁਰਉਪਯੋਗ ਨਾ ਕਰੋ, ਤੁਸੀਂ ਗਲਤ ਬੰਦਿਆਂ ਦਾ ਸਾਥ ਨਾ ਦੇਵੋ। ਜਦੋਂ ਗਵਾਂਢੀ ਦੇ ਘਰ ਨੂੰ ਅੱਗ ਲੱਗਦੀ ਹੈ ਤਾਂ ਸੇਕ ਆਪਣੇ ਘਰ ਦੇ ਪਰਿਵਾਰ ਨੂੰ ਵੀ ਲੱਗਦਾ ਹੈ। ਤੁਸੀਂ ਪਿੱਛੇ ਜੇ ਵੇਖਿਆ ਹੀ ਹੋਵੇਗਾ ਕਿ ਇੱਕ ਮੰਤਰੀ ਦਾ ਬੇਟਾ ਚਿੱਟਾ ਪੀਂਦਾ ਫੜ ਹੋਇਆ। ਸੋ ਮੇਰੀ ਰਿਕੁਐਸਟ ਹੈ ਕਿ ਇਸ ਨਸ਼ੇ ਦੇ ਵਿਰੁੱਧ ਤੁਹਾਨੂੰ ਡਟ ਕੇ ਖੜ੍ਹਨਾ ਚਾਹੀਦਾ ਹੈ। ਸੋ ਦੋਸਤੋ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ, ਔਰ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ, ਔਰ ਕਮੈਂਟਾਂ 'ਚ ਆਪਣੇ ਸੁਝਾਅ ਦੇਣਾ ਜੀ। ਇਹ ਇੱਕ ਅਖਬਾਰ ਵਿੱਚ ਲੇਖ ਛਪਿਆ ਹੋਇਆ ਸੀ ਜੋ ਮੈਂ ਇਸ ਵੀਡੀਓ ਰਾਹੀਂ ਆਪ ਜੀ ਨੂੰ ਬੋਲ ਕੇ ਸੁਣਾਇਆ ਹੈ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਦੋਸਤੋ। ਧੰਨਵਾਦ ਜੀ।